ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਕਰਬੋ ਚੌਥ ਬਲੌਗ ਹੈ ਜਿਹੜਾ ਸ਼ੇਅਰ ਕਰਨ ਲੱਗੀ ਆ ਸਵੇਰ ਦੇ 5 ਵਜੇ ਚੁੱਕੇ ਆ ਤੇ ਸਰਗੀ ਦਾ ਟਾਈਮ ਹੋ ਚੁੱਕਿਆ ਸਰਗੀ ਵਿੱਚ ਅਸੀਂ ਬਣਾਏ ਪਨੀਰ ਪਰੌਂਠੇ ਫਰੂਟ ਲੈਤੀ ਥੋੜੀ ਜਿਹੀ ਮਠਾਈ ਲੈਤੀ ਮਠੀ ਲੈਤੀ ਚੂਰੀ ਕੁੱਟੀ ਗੁੜ ਦੀ ਘਿਓ ਵਾਲੀ ਤੇ ਆ ਮਹਿੰਦੀ ਹੈ ਜਿਹੜੀ ਮੈਂ ਰਾਤ ਲਗਵਾ ਕੇ ਲਈ ਸੀਗੀ ਕਿਉਂਕਿ ਬਹੁਤ ਜ਼ਿਆਦਾ ਰਸੀ ਬਸ ਠੀਕ ਹੀ ਲੱਗੀ ਹੈ ਮਹਿੰਦੀ ਬਹੁਤ ਜ਼ਿਆਦਾ ਸੋਹਣੀ ਨਹੀਂ ਸੀ ਲਗਾ ਰਹੇ ਪਰ ਜਿਸ ਦਿਨ ਰਸ ਹੁੰਦਾ ਉਸ ਦਿਨ ਵਾਸਤੇ ਉਹ ਜਈ ਹੀ ਉਹ ਮਹਿੰਦੀ ਲਾਉਂਦੇ ਚਲੋ ਸ਼ਗਨ ਦਾ ਸੀਗਾ ਚਲੋ ਕਰਵਾ ਲਿਆ ਹਨਾ ਤੇ ਅੱਜ ਮੈਂ ਭਾਰਤ ਦੇ ਵਿੱਚ ਜਿਹੜਾ ਸੂਟ ਸੀਗਾ ਨਾ ਵਾਲਾ ਪਾਉਣਾ ਸੀਗਾ ਆਹ ਮਹਿਰੂਨ ਕਲਰ ਦਾ ਸਿਲਕ ਦਾ ਬਣਵਾਇਆ ਹੋਇਆ ਸੀ ਸੂਟ ਇਹਦੇ ਨਾਲ ਦੀ ਸਾਰੀ ਐਸੈਸਰੀ ਲੈਤੀ ਸੀ ਨਮਾ ਸਟਿਚ ਕਰਵਾਇਆ ਸੀ ਬਟ ਬਹੁਤ ਹੀ ਬੁਰੀ ਦਰਘਟਨਾ ਹੋਈ ਮੇਰੇ ਨਾਲ ਸੂਟ ਦੇ ਉੱਤੇ ਦੁਬਾਰਾ ਪ੍ਰੈਸ ਮਾਰਨ ਦੇ ਚੱਕਰ ਦੇ ਵਿੱਚ ਨਾ ਅਚਾਨਕ ਹੀ ਸੂਟ ਜਿਹੜਾ ਮੇਰਾ ਜਲ ਗਿਆ ਕਮੀਜ਼ ਤਾਂ ਮੈਨੂੰ ਇਹ ਸੂਟ ਆ ਜਿਹੜਾ ਕੈਨਸਲ ਕਰਨਾ ਪਿਆ ਤਾਂ ਮੈਂ ਹੋਰ ਸੂਟ ਪਾਇਆ ਆ ਮੈਂ ਤੇ ਮੇਰੀ ਭਾਂਜੀ ਨੇ ਵਰਤ ਰੱਖਿਆ ਸੀ ਉਹਨਾਂ ਵਾਸਤੇ ਆਹ ਚਾਰ ਆ ਜਿਹੜੇ ਡੈਕੋਰੇਟਡ ਜਿਹੜੇ ਹੈਗੇ ਆ ਘਰੋਂ ਇਹ ਮੈਂ ਲੈਂਤੇ ਆ ਇਨਾਂ ਦੇ ਵਿੱਚ ਪਾਣੀ ਭਰ ਦਾਂਗੇ ਤੇ ਇਹਨਾਂ ਉੱਤੇ ਖੰਮਣੀ ਬੰਦਾਂਗੇ ਰੈਡੀ ਕਰ ਦਾਂਗੇ ਆ ਪਾਣੀ ਭਰ ਕੇ ਖੰਮਣੀ ਬਨ ਕੇ ਰੈਡੀ ਕਰਤੇ ਜੀ ਤੇ ਉਪਰ ਆ ਜੋ ਵੀ ਐ ਚੁੱਬੜ ਵਗੈਰਾ ਫਲੀਆਂ ਵਗੈਰਾ 베ਰ ਸਾਰਾ ਕੁਝ ਰੱਖਤਾ ਇਹ ਕਹਾਣੀ ਸੁਣ ਲਈ ਰੈਡੀ ਕੀਤੀ ਹੈਗੀ ਮੈਂ ਜੋ ਪਲੇਟ ਕੁਝ ਫਰੂਟ ਲੈਤੀ ਐ ਕਣਕ ਲੈਤੀ ਐ ਗੁੜ ਲੈਤਾ ਮਠੀਆਂ ਲੈਤੀਆਂ ਕਹਾਣੀ ਸੁਣ ਲਈ ਕਹਾਣੀ ਹੈ ਜਿਹੜੀ ਅਸੀਂ ਘਰੇ ਪਾਲੀ ਸੀ ਕਿਉਂਕਿ ਪਾਂਜੀ ਨੂੰ ਬਹੁਤ ਜ਼ਿਆਦਾ ਹਾਈ ਫੀਵਰ ਹੋ ਗਿਆ ਸੀਗਾ ਤਾਂ ਉਹ ਹੈ ਨਹੀਂ ਸੀਗੀ ਇਸ ਹਾਲਤ ਦੇ ਵਿੱਚ ਵੀ ਬਾਹਰ ਕਹਾਣੀ ਸੁਣਨ ਜਾਇਆ ਜਾਵੇ ਤਾਂ ਫਿਰ ਅਸੀਂ ਘਰੇ ਹੀ ਕਹਾਣੀ ਹੈ ਜਿਹੜੀ ਪਾਲੀ ਸੀ ਫਿਰ ਮੈਂ ਆਹ ਸੂਟ ਹੈ ਜਿਹੜਾ ਪਾਇਆ ਲਾਈਟ ਗ੍ਰੀਨ ਕਲਰ ਦਾ ਮੈਨੂੰ ਸਾਰਾ ਇਹ ਹੈਗਾ ਜੋ ਹੈ ਚੇਂਜ ਕਰਨਾ ਪਿਆ ਚੰਦ ਨਿਕਲਿਆ ਆਇਆ ਸੀਗਾ ਜੀ 8:20 ਤੇ ਚੰਦ ਨਿਕਲਿਆ ਸੀ ਤੇ 8:30 ਵਜੇ ਜਿਹੜਾ ਸਯਰਗ ਦੇਦਾ ਸੀਗਾ ਐਕਚੁਅਲੀ ਮੇਰੇ ਹਸਬੰਦ ਨੇ ਵੀ ਮੇਰੇ ਲਈ ਫਾਸਟ ਰੱਖਿਆ ਹੋਇਆ ਸੀਗਾ ਵੈਸੇ ਉਹਨਾਂ ਨੇ ਫਸਟ ਟਾਈਮ ਰੱਖਿਆ ਪਹਿਲਾਂ ਕਦੇ ਨਹੀਂ ਸੀ ਮੇਰੇ ਲਈ ਫਾਸਟ ਰੱਖਿਆ ਉਹਨਾਂ ਨੇ ਕਰਵਾ ਚੌਥ ਦਾ ਫਸਟ ਟਾਈਮ ਹੀ ਰੱਖਿਆ ਸੀਗਾ ਤਾਂ ਉਹਨਾਂ ਨੇ ਜਦੋਂ ਮੈਂ ਪੂਜਾ ਕਰਤੀ ਤਾਂ ਮੇਰਾ ਵਰਤ ਖੁੱਲਿਆ ਤੇ ਮੈਂ ਉਸ ਤੋਂ ਬਾਅਦ ਉਹਨਾਂ ਦਾ ਵਰਤ ਖੁੱਲਿਆ ਇਹ ਕਰਵਾਜਤ ਵਰਤ ਜਿਹੜਾ ਪਤੀ ਦੀ ਲੰਬੀ ਉਮਰ ਵਾਸਤੇ ਮੰਨਤਾ ਵੀ ਤਾਂ ਰੱਖਿਆ ਜਾਂਦਾ ਕੋਈ ਜ਼ਿਆਦਾ ਮੁਸ਼ਕਲ ਨਹੀਂ ਆਉਂਦੀ ਵਰਤ ਰੱਖਣ ਦੇ ਵਿੱਚ ਸਿਰਫ ਪਿਆਸ ਦੀ ਹੀ ਦਿੱਕਤ ਆਉਂਦੀ ਹੈ ਪਿਆਸ ਜ਼ਿਆਦਾ ਲੱਗਦੀ ਹੈ ਉਸ ਤੋਂ ਬਾਅਦ ਵਰਤ ਖੋਲਣ ਤੋਂ ਬਾਅਦ ਡਿਨਰ ਦੇ ਵਿੱਚ ਮਟਰ ਪਨੀਰ ਦੀ ਸਬਜ਼ੀ ਥੋੜਾ ਜਿਹਾ ਸੈਲਡ ਤੇ ਸੇਵੀਆਂ ਬਣਾਈਆਂ ਸੀ ਦੁੱਧ ਵਾਲੀਆਂ ਤਾਂ ਇਹ ਸਭ ਕੁਝ ਹੈ ਜਿਹੜਾ ਇੰਜੋਏ ਕੀਤਾ ਆਈ ਹੋਪ ਤੁਹਾਨੂੰ ਮੇਰਾ ਵਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਲਾਈਕ ਕਮੈਂਟ ਸ਼ੇਅਰ ਕਰ ਦਿਓ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਜੀ ਸਾਰਿਆਂ ਦਾ ਥੈਂਕ ਯੂ ਬਹੁਤ-ਬਹੁਤ ਜੀ ਵਲੌਗ ਦੇਖਣ ਲਈ ਥੈਂਕ ਯੂ ਸੋ ਮਚ